हेलो स्टूडेंट्स मैं ਤੁਹਾਡਾ ਸਵਾਗਤ ਕਰਦੀ ਹਾਂ ਤੁਹਾਡੇ ਆਪਣੇ YouTube ਚੈਨਲ HiFi Exams Study With ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਸਵਿਕਸ ਦੀ ਤਿਆਰੀ ਕਰ ਰਹੇ ਹਾਂ ਮੈਂ ਉਸ ਨਾਲ ਰਿਲੇਟਡ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ MCQਸ ਲੈ ਕੇ ਆਈ ਹਾਂ ਹੋਪ ਕਰਦੀ ਹਾਂ ਤੁਹਾਡੇ ਲਈ ਬਹੁਤ ਜ਼ਿਆਦਾ ਯੂਸਫੁਲ ਹੋਣਗੇ ਸੋ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਣਾ ਹਾਂਜੀ ਫਰਸਟ ਕੁਐਸਚਨ ਹੈਗਾ ਜੀ ਲੋਕ ਸਭਾ ਵਿੱਚ ਘੱਟ ਤੋਂ ਘੱਟ ਕਿੰਨੇ ਸੈਸ਼ਨ ਲੱਗਦੇ ਹਨ ਸਹੀ ਆਨਸਰ ਆਏਗਾ ਜੀ ਤਿੰਨ ਸੈਸ਼ਨ ਲੱਗਦੇ ਹਨ ਬਜਟ ਸੈਸ਼ਨ ਮੌਨਸੂਨ ਸੈਸ਼ਨ ਤੇ ਵਿੰਟਰ ਸੈਸ਼ਨ ਹਾਂਜੀ ਸੈਕਿੰਡ ਕੁਐਸਚਨ ਹੈਗਾ ਜੀ ਭਾਰਤ ਵਿੱਚ ਗਵਰਨਰ ਕਿੰਵੀਂ ਸ਼ਕਤੀ ਦੇ ਅੰਦਰ ਆਉਂਦੇ ਹਨ ਇਸ ਦਾ ਰਾਈਟ ਆਨਸਰ ਆਏਗਾ ਜੀ ਚੌਥੇ ਹਾਂਜੀ ਭਾਰਤ ਭਾਰਤ ਵਿੱਚ ਗਵਰਨਰ ਚੌਥੇ ਨੰਬਰ ਤੇ ਸ਼ਕਤੀ ਦੇ ਮਾਮਲੇ ਵਿੱਚ ਆਉਂਦੇ ਹਨ ਹਾਂਜੀ ਥਰਡ ਕੁਐਸਚਨ ਹੈਗਾ ਜੀ ਭਾਰਤ ਦਾ ਪਹਿਲਾ ਅਟਾਨੀ ਜਨਰਲ ਕੌਣ ਸੀ ਸਹੀ ਰਾਈਟ ਆਨਸਰ ਆਏਗਾ ਜੀ ਐਮ ਸੀ ਸੀਤਲਵਾੜ ਐਮ ਸੀ ਸੀਤਲਵਾਰ ਦਾ ਕਾਰਜਕਾਲ ਸਭ ਤੋਂ ਵੱਡਾ ਕਾਰਜਕਾਲ ਸੀ 1950 ਤੋਂ ਲੈ ਕੇ 1963 ਤੱਕ 13 ਸਾਲ ਤੱਕ ਉਹਨਾਂ ਨੇ ਆਪਣਾ ਅਹੁਦੇ ਤੇ ਕੰਮ ਕੀਤਾ ਹਾਂਜੀ ਫੋਰਥ ਕੁਐਸਚਨ ਹੈਗਾ ਜੀ ਸਭ ਤੋਂ ਪਹਿਲਾਂ ਭਾਰਤ ਵਿੱਚ ਨਗਰ ਨਿਗਮ ਕਿੱਥੇ ਬਣਿਆ ਸੀ ਸੋ ਰਾਈਟ ਆਨਸਰ ਆਏਗਾ ਜੀ ਮਦਰਾਸ ਮਦਰਾਸ ਵਿੱਚ 1687 ਵਿੱਚ ਨਗਰ ਨਿਗਮ ਬਣਿਆ ਸੀ ਹਾਂਜੀ ਨੈਕਸਟ ਕੁਐਸਚਨ ਆ ਗਿਆ ਜੀ ਭਾਰਤ ਦੇ ਲੋਕਲ ਸੈਲਫ ਗਵਰਨਮੈਂਟ ਦਾ ਪਿਤਾ ਕਿਸ ਨੂੰ ਮੰਨਿਆ ਜਾਂਦਾ ਹੈ ਇਸ ਦਾ ਰਾਈਟ ਆਨਸਰ ਆਏਗਾ ਜੀ ਲਾਰਡ ਰਿਪਨੂ ਹਾਂਜੀ 6 ਕੁਐਸਚਨ ਹੈਗਾ ਜੀ ਮੰਡਲ ਕਮਿਸ਼ਨ ਦੀ ਪਹਿਲੀ ਬੈਠਕ ਦੀ ਪ੍ਰਧਾਨਗੀ ਕਿਸ ਨੇ ਕੀਤੀ ਸੀ ਇਸ ਦਾ ਰਾਈਟ ਆਨਸਰ ਆਏਗਾ ਜੀ ਬੀਪੀ ਮੰਡਲ ਬੀਪੀ ਮੰਡਲ ਦੀ ਪ੍ਰਧਾਨਗੀ ਦੇ ਅਧੀਨ 1979 ਵਿੱਚ ਇਹ ਮੰਡਲ ਬੈਠਾ हां जी नेक्स्ट क्वेश्चन आ गया जी केंद्र और राज्य सरकार के बीच कितने तरह के संबंध होते हैं इसका राइट आंसर आएगा जी तीन तरह के संबंध होते हैं हां जी पहला आएगा जी प्रशासनिक संबंध दूसरा आएगा जी विधानीकारी संबंध तीसरा आएगा जी वित्तीय संबंध हां जी एथ क्वेश्चन आ गया जी सार्क का गठन किस साल हुआ इसका राइट आंसर आएगा जी 1985 में हुआ सार्क का जो आईडिया ਸੀ जी वो बांग्लादेश ने ਦਿੱਤਾ ਸੀ हां जी 9थ क्वेश्चन आएगा जी आर्टिकल 370 ਸਵਿਧਾ ਹੰਦੇ ਕਿਹੜੇ ਭਾਗ ਵਿੱਚ ਸੀ ਸਹੀ ਆਨਸਰ ਆਏਗਾ ਜੀ ਭਾਗ 21 ਵਿੱਚ ਸੀ ਜੇਂਦਰ ਮੋਦੀ ਜੀ ਨੇ 5 ਅਗਸਤ 2019 ਨੂੰ ਵੱਡਾ ਫੈਸਲਾ ਲੈਂਦੇ ਹੋਏ ਜੰਮੂ ਕਸ਼ਮੀਰ ਨੂੰ ਨਾਲਾ ਤਾਰਾ 370 ਤੇ ਅਨੁਛੇਦ 35A ਨੂੰ ਖਤਮ ਕਰ ਦਿੱਤਾ ਤੇ ਜੰਮੂ ਕਸ਼ਮੀਰ ਤੋਂ ਰਾਜ ਦਾ दर्जा ਵਾਪਸ ਲੈ ਕੇ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਦਿੱਤਾ ਤੇ ਇਸੇ ਨੂੰ ਇਸ ਨੂੰ ਲਾਗੂ 31 ਅਕਤੂਬਰ 2019 ਨੂੰ ਕੀਤਾ ਗਿਆ ਸਰਦਾਰ ਵੱਲਭਭਾਈ ਪਟੇਲ ਜੀ ਦੇ ਜਨਮ ਦਿਨ ਤੇ ਹਾਂਜੀ ਨੈਕਸਟ ਕੁਐਸਚਨ ਆਇਆਗਾ ਜੀ 73ਵਾਂ ਸੰਸ਼ੋਧਨ ਕਰਕੇ ਕਿਹੜੀ ਅਨੁਸੂਚੀ ਨੂੰ ਸੰਵਿਧਾਨ ਵਿੱਚ ਜੋੜਿਆ ਗਿਆ ਸਹੀ ਆਨਸਰ ਆਏਗਾ ਜੀ 11ਵੀਂ ਅਨੁਸੂਚੀ ਨੂੰ 11ਵੀਂ ਅਨੁਸੂਚੀ ਜੀ ਪੰਚਾਇਤੀ ਰਾਜ ਨਾਲ ਸੰਬੰਧਿਤ ਹੈ हां जी 11th क्वेश्चन आएगा जी कार्ल मार्क्स का जन्म कब और किस परिवार ਵਿੱਚ ਹੋਇਆ ਸੀ ਇਸ ਦਾ ਰਾਈਟ ਆਨਸਰ ਆਏਗਾ ਜੀ 1818 ਵਿੱਚ یہودی ਪਰਿਵਾਰ ਵਿੱਚ ਹੋਇਆ ਸੀ ਨੈਕਸਟ ਕੁਐਸਚਨ ਆਏਗਾ ਜੀ ਭਾਰਤ ਦੇਸ਼ ਦਾ ਹੈੱਡ ਕਿਸ ਨੂੰ ਕਿਹਾ ਜਾਂਦਾ ਹੈ ਇਸ ਦਾ ਰਾਈਟ ਆਨਸਰ ਆਏਗਾ ਜੀ ਰਾਸ਼ਟਰਪਤੀ हां जी ਨੈਕਸਟ ਕੁਐਸਚਨ ਆਏਗਾ ਜੀ ਘੱਟ ਗਿਣਤੀਆਂ ਨੂੰ ਸਿੱਖਿਆ ਸੰਸਥਾਵਾਂ ਸਥਾਪਿਤ ਕਰਨ ਦਾ ਅਧਿਕਾਰ ਕਿਸ ਆਰਟੀਕਲ ਅੰਦਰ ਹੁੰਦਾ ਹੈ हां जी ਇਸ ਦਾ ਰਾਈਟ ਆਨਸਰ ਆਏਗਾ ਜੀ ਆਰਟੀਕਲ 31 ਵਿੱਚ ਹੁੰਦਾ ਹੈ ਹਾਂਜੀ 16th ਕੁਐਸਚਨ ਹੈਗਾ ਜੀ ਸੰਵਿਧਾਨ ਦਾ ਕਿਹੜਾ ਆਰਟੀਕਲ ਧੰਨ ਬਿਲ ਨਾਲ ਸੰਬੰਧਿਤ ਹੈ ਇਸ ਦਾ ਰਾਈਟ ਆਨਸਰ ਆਏਗਾ ਜੀ ਫਸਟ 110 110 ਆਰਟੀਕਲ ਧੰਨ ਬਿਲ ਨਾਲ ਸੰਬੰਧਿਤ ਹੈ ਹਾਂਜੀ 17th ਕੁਐਸਚਨ ਹੈਗਾ ਜੀ ਰਾਸ਼ਟਰਪਤੀ ਤੇ ਮਹਾ ਦੋਸ਼ ਦਾ ਮੁਕੱਦਮਾ ਚਲਾਉਣ ਤੋਂ ਪਹਿਲਾਂ ਉਹਨਾਂ ਉਸ ਨੂੰ ਕਿੰਨੇ ਸਮੇਂ ਦਾ ਨੋਟਿਸ ਦਿੱਤਾ ਜਾਂਦਾ ਹੈ ਹਾਂਜੀ ਉਹਨਾਂ ਨੂੰ ਕਿੰਨੇ ਸਮੇਂ ਦਾ ਨੋਟਿਸ ਦਿੱਤਾ ਜਾਂਦਾ ਪਹਿਲਾਂ 14 ਦਿਨ ਪਹਿਲਾਂ ਹਾਂਜੀ 18th ਕੁਐਸਚਨ ਹੈਗਾ ਜੀ ਸਮਾਜ ਦੇ ਪਿਛੜੇ ਅਤੇ ਗਰੀਬ ਲੋਕਾਂ ਨੂੰ ਨਿਆ ਮੁਫਤ ਤੇ ਜਲਦੀ ਦਿੱਤਾ ਜਾਵੇਗਾ ਇਹ ਕਿਸ ਆਰਟੀਕਲ ਵਿੱਚ ਹੁੰਦਾ ਹੈ ਇਸ ਦਾ ਰਾਈਟ ਆਨਸਰ ਆਏਗਾ ਜੀ ਆਰਟੀਕਲ 39A ਹਾਂਜੀ 19th ਕੁਐਸਚਨ ਹੈਗਾ ਜੀ N A L S A ਦੇ ਆਧਾਰ ਤੇ ਪਹਿਲਾ ਲੋਕ ਅਦਾਲਤ ਕਿੱਥੇ ਬਣੀ ਸੀ ਹਾਂਜੀ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਦੇ ਆਧਾਰ ਤੇ ਪਹਿਲੀ ਲੋਕਸ ਅਦਾਲਤ ਕਿੱਥੇ ਬਣੀ ਸੀ ਸਹੀ ਆਨਸਰ ਆਏਗਾ ਜੀ ਤਾਮਿਲਨਾਡੂ ਤਾਮਿਲਨਾਡੂ ਵਿੱਚ ਬਣੀ ਸੀ ਹਾਂਜੀ ਨੈਕਸਟ ਕੁਐਸਚਨ ਆ ਗਿਆ ਜੀ ਅਵਿਸ਼ਵਾਸ ਪ੍ਰਸਤਾਵ ਸਰਕਾਰ ਦੇ ਖਿਲਾਫ ਕਿਹੜੇ ਸਦਨ ਵਿੱਚ ਪੇਸ਼ ਕੀਤਾ ਜਾ ਸਕਦਾ ਹੈ ਸਹੀ ਆਨਸਰ ਆਏਗਾ ਜੀ ਲੋਕ ਸਭਾ ਵਿੱਚ ਲੋਕ ਸਭਾ ਵਿੱਚ ਅਵਿਸ਼ਵਾਸ ਪ੍ਰਸਤਾਵ ਸਰਕਾਰ ਦੇ ਖਿਲਾਫ ਅਪੇਸ਼ ਕੀਤਾ ਜਾ ਸਕਦਾ ਹੈ। ਹਾਂਜੀ ਇਹ ਨੇ ਸਾਡੇ ਅੱਜ ਦੇ MCQ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਇਆ ਤਾਂ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਤੇ ਇਸੇ ਤਰ੍ਹਾਂ ਦੀਆਂ ਹੋਰ ਐਜੂਕੇਸ਼ਨਲ ਵੀਡੀਓਜ਼ ਦੇਖਣ ਲਈ ਸਾਡੇ ਚੈਨਲ HiFi Exam Study ਨੂੰ ਜ਼ਰੂਰ ਸਬਸਕ੍ਰਾਈਬ ਕਰਨਾ। ਥੈਂਕ ਯੂ।